ਕਲਾਸ ਦਾ ਪੰਜਾਬੀ ਦਾ ਪੇਪਰ ਹੋਇਆ। ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਹੁਤ ਵੱਡੀ ਗਲਤੀ ਹੈ। ਉਹਨੇ ਛੋਟੇ ਬੱਚਿਆਂ ਨਾਲ ਖਿਲਵਾੜ ਕੀਤਾ। ਜੇ ਇਹੀ ਗਲਤੀ ਲਿਖਣ ਲੱਗਿਆ ਬੱਚੇ ਕਰਨ ਤਾਂ ਉਹਨਾਂ ਦੇ ਨੰਬਰ ਕੱਟਦੇ ਨੇ। ਜੇ ਬੋਰਡ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਬੱਚਿਆਂ ਨੂੰ ਬਣਦਾ ਇਨਸਾਫ ਮਿਲਣਾ ਚਾਹੀਦਾ। ਇਹਨਾਂ ਨੂੰ ਇਹੀ ਨਹੀਂ ਪਤਾ ਵੀ ਪੰਜਾਬ 'ਚ ਰਹਿੰਦੇ ਨੇ, ਪੰਜਾਬੀ ਨੂੰ ਕਿਵੇਂ ਲਿਖਿਆ ਜਾਵੇ। ਇਹ ਜਿਹੜੇ ਬੰਦੇ ਨੇ ਪੇਪਰ ਬਣਾਇਆ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ 38 ਗਲਤੀਆਂ ਕੀਤੀਆਂ ਨੇ ਇਹ ਤਾਂ ਬਹੁਤ ਹੀ ਆਪਣੇ ਵਾਸਤੇ ਮੰਦਭਾਗੀ ਗੱਲ ਆ, ਕਿਉਂਕਿ ਪੂਰੇ ਵਰਲਡ ਦੇ ਵਿੱਚ ਇੱਕ ਸਟੇਟ ਆ ਜਿੱਥੇ ਪੰਜਾਬੀ ਆ ਅਤੇ ਪੰਜਾਬ ਦੇ ਨਾਲ ਪੰਜਾਬੀ ਮਾਂ ਹੈ। ਜੇ ਉਹਦੇ ਵਿੱਚ ਗਲਤੀ ਹੈ, ਪੰਜਾਬੀ ਦਾ 8th ਕਲਾਸ ਦਾ ਇਗਜ਼ਾਮ ਸੀਗਾ, ਉਹਦੇ ਵਿੱਚ ਮੈਨੂੰ ਹੈਰਾਨੀ ਇਹੀ ਗੱਲ ਹੁੰਦੀ, ਇੱਕ ਪਾਸੇ ਤਾਂ ਸਰਕਾਰਾਂ ਪ੍ਰਮੋਟ ਕਰ ਰਹੀਆਂ ਨੇ ਪੰਜਾਬੀ ਨੂੰ ਅਤੇ ਦੂਜੇ ਪਾਸੇ ਪੰਜਾਬੀ ਦੀ ਜਿਹੜੀ ਮੇਨ ਬੋਰਡ ਹੈ ਉਹਦੇ ਦੁਆਰਾ ਇੱਕ ਪ੍ਰੀਖਿਆ ਤਿਆਰ ਕੀਤੀ ਜਾਂਦੀ ਆ ਅਤੇ ਉਹਦੇ ਵਿੱਚ ਕਿੰਨੀਆਂ ਗਲਤੀਆਂ ਤੁਸੀਂ ਆਪ ਦੇਖ ਸਕਦੇ ਹੋ। ਇਹ ਤਾਂ ਸੈਂਪਲ ਮੇਰੇ ਕੋਲ ਹੈਗਾ, ਤੁਸੀਂ ਜਦ ਮਰਜ਼ੀ ਚੈੱਕ ਕਰ ਸਕਦੇ ਹੋ ਇਸ ਚੀਜ਼ ਨੂੰ ਅਤੇ ਇੰਨੀਆਂ ਗਲਤੀਆਂ ਇਹਨਾਂ ਦੁਆਰਾ ਆਪ ਕੀਤੀਆਂ ਜਾਣੀਆਂ। ਕਿਹੜੇ ਬੋਰਡ ਦੁਆਰਾ? PSCB ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ। ਅੱਛਾ ਜੀ। 8th ਕਲਾਸ ਦਾ 8ਵੀਂ ਕਲਾਸ ਦਾ ਤਿਆਰ ਕੀਤਾ ਗਿਆ ਸੀ, ਪੇਪਰ ਭੇਜਿਆ ਗਿਆ ਸੀਗਾ, ਉਹ ਪੇਪਰ ਦੇ ਵਿੱਚ ਗਲਤੀਆਂ ਤੁਸੀਂ ਆਪ ਦੇਖ ਸਕਦੇ ਹੋ ਕਿੰਨੀਆਂ ਨੇ। ਅਤੇ ਜੋ ਜੇ ਇਹਨਾਂ ਨੇ ਉਹਦੀ ਸਪੋਰਟ ਨਹੀਂ ਕਰਨੀ, ਪ੍ਰਮੋਟ ਨਹੀਂ ਕਰਨਾ ਉਸ ਚੀਜ਼ ਨੂੰ, ਇਹਨਾਂ ਨੂੰ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ।